ਕੋਨੇ ਕੋਨੇ ਤੋਂ ਆਏ ਮੇਰੇ ਬਹੁਤ ਹੀ ਸਤਿਕਾਰਯੋ ਮੇਰੇ ਬਾਈ ਚੋਣ ਵਾਲੇ ਮੈਨੂੰ ਆਸ਼ੀਰਵਾਦ ਦੇਣ ਵਾਲੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਨੌਜਵਾਨ ਸਾਥੀ ਮੇਰੇ ਬਜ਼ੁਰਗ ਮੇਰੀਆਂ ਮਾਤਾਵਾਂ ਇਹ ਵੀ ਕੁਛ ਬੈਠੀਆਂ ਸਭ ਤੋਂ ਪਹਿਲਾਂ ਦੋਨੇ ਹੱਥ ਬੰਨ ਕੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਵੀ ਕਦੇ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਹੀ ਗੱਲ ਕੀਤੀ ਆ, ਉਹਨਾਂ ਦੇ ਹੱਥ ਚ ਹੀ ਬੋਲਿਆ। ਗੱਲ ਬਾਰੇ ਕਦੇ ਸੋਚਿਆ ਹੀ ਨਹੀਂ ਸੀ। 1999 ਦੇ ਵਿੱਚ ਮੇਰੀ ਯਾਦ ਆ ਭਾਈ ਚਲਾਇਆ ਸੀ ਜਦੋਂ ਸਰਦਾਰ ਜਗਦੇਵ ਸਿੰਘ ਕੁੰਡੀਆ ਸਾਹਿਬ ਚੁੱਕੇ ਸੀ, ਉਦੋਂ ਮੇਰੀ ਡਿਊਟੀ ਸੁਪਨੇ ਹੋਇਆ ਕਰਦੀ ਸੀ ਔਰ ਅਸੀਂ ਇਕੱਲੇ ਹੀ ਦੋ ਚਾਰ ਜਣੇ ਗਿਰਵੇ ਹੀ ਸੀ ਅਸੀਂ ਜਿਹੜੇ ਉੱਥੇ ਅਸੀਂ ਬੈਠ ਕੇ ਜਿਹਨਾਂ ਨੇ ਪਰਚੀਆਂ ਕੱਢੀਆਂ। ਬੜਾ ਮਾੜਾ ਸਮਾਂ ਸੀ, ਸਾਰਾ ਪਿੰਡ ਇੱਕ ਪਾਸੇ ਸੀ, ਸਾਰੀਆਂ 10 ਵੋਟਾਂ ਪਈਆਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ। ਤੀਰ ਕਮਾਨ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਸੀ ਜੀ, ਤੇ ਮੈਂ ਪਹਿਲੀ ਵੋਟ ਪਾਈ ਸੀ। ਉਦੋਂ ਬਾਅਦ 1992 ਜਾ ਕੇ ਆਪਾਂ ਬਾਈਕਆਊਟ ਕਰਤਾ, ਫਿਰ 1995 ਦਾ ਬਾਈ ਇਲੈਕਸ਼ਨ ਤੁਸੀਂ ਸਾਰੇ ਜਾਣਦੇ ਹੋ। ਸ਼੍ਰੋਮਣੀ ਅਕਾਲੀ ਦਲ ਤੇ ਬੜਾ ਔਖਾ ਸਮਾਂ ਸੀ। ਮੇਰੇ ਪਿਤਾ ਜੀ ਨੇ ਬੜਾ ਵੱਡਾ ਸਟੈਪ ਚੱਕਿਆ, ਬਹੁਤ ਵੱਡਾ ਕਦਮ ਲਿਆ ਤੇ ਅਕਾਲੀ ਦਲ ਦੀ ਬਹੁਤ ਥੋਕ ਕੇ ਮਦਦ ਕੀਤੀ। ਬਾਦਲ ਸਾਹਿਬ ਨਾਲ ਆਏ, ਮੋਢੇ ਨਾਲ ਮੋਢਾ ਲਾ ਕੇ ਖੜ ਗਏ, ਕਹਿੰਦੇ ਬੇਟਾ ਜੋ ਮਰਜ਼ੀ ਹੋ ਜਾਏ ਇਹਨਾਂ ਦੀ ਮਦਦ ਕਰ। ਚਲੋ ਪਰਮਾਤਮਾ ਦੀ ਕਿਰਪਾ ਹੋਈ, ਆਪਾਂ ਇਲੈਕਸ਼ਨ ਜਿੱਤ ਕੇ ਪੰਜਾਬ ਦੀ ਹਵਾ ਹੀ ਬਦਲ ਗਈ, 97 ਚ ਆਪਣੀ ਸਰਕਾਰ ਆ ਗਈ, ਆਪਣੇ ਬਹੁਤ ਕੰਮ ਹੋਏ, ਕੋਈ ਦੋ ਰਹਿ ਨਹੀਂ। ਪਰ ਉਹਦੇ ਨਾਲ ਸਾਥ ਤੁਸੀਂ ਵੀ ਬਹੁਤ ਦਿੱਤਾ। ਉਦੋਂ ਬਾਅਦ 2002 ਦੇ ਵਿੱਚ ਕੈਪਟਨ ਸਾਹਿਬ ਦੀ ਗੌਰਮੈਂਟ ਬਣ ਗਈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਬੜੇ ਸਖ਼ਤ ਮੁੱਖ ਮੰਤਰੀ ਸੀ, ਉਹਨਾਂ ਨੇ ਬੜਾ ਨੁਕਸਾਨ ਕੀਤਾ ਸਾਡਾ, ਰੋਜ਼ ਬੱਸਾਂ ਅੰਦਰ ਚਲਾਣ, ਕਦੇ ਕੁਛ ਕਦੇ ਕੁਛ, ਕਦੇ ਸਾਨੂੰ ਰਾਤ ਨੂੰ ਭੱਜਣਾ ਪੈਂਦਾ, ਕਦੇ ਸਾਡੇ ਤੇ ਪਰਚੇ, ਪਰ ਅਸੀਂ ਨਾਲ ਖੜੇ ਰਹੇ ਕਿ ਨਹੀਂ ਪਾਰਟੀ ਨਾਲ ਹੀ ਜਾਵਾਂਗੇ। 2007 ਚ ਦੁਬਾਰਾ ਫੇਰ ਕੰਮ ਕਰਕੇ ਫੇਰ ਸਰਕਾਰ ਬਣੀ, ਉਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੁੰਦੇ ਸੀ। 2010 ਦੇ ਵਿੱਚ ਉਹ ਛੱਡ ਕੇ ਚਲੇ ਗਏ, ਫਿਰ ਦੋ ਰਸਤੇ ਬਣ ਗਏ ਆਪਣੇ ਸਾਰਿਆਂ ਵਾਸਤੇ, ਆਪਾਂ ਇਕੱਠੇ ਹੀ ਸੀ ਸਾਰੇ, ਅੱਜ ਤੁਸੀਂ ਜਿੰਨੇ ਵੀ ਇੱਥੇ ਆਏ ਹੋ।
ਇਹ ਨਾ ਹੋਵੇ ਕਿ ਤੁਸੀਂ ਭਰਾ ਇਕੱਠੇ ਹੋ ਜਾਓ ਤੇ ਅਸੀਂ ਫਿਰ ਪੀਸੀ ਲੈ ਜਾਈਏ, ਕਿਉਂਕਿ ਤੁਸੀਂ ਸਾਰੇ ਇਹਦੀ ਸੁਭਾਅ ਤੋਂ ਬੜੇ ਵਾਕਫ ਹੋ, ਥੋੜਾ ਜਿਹਾ ਰੁੱਖਾ ਸੁਭਾਅ ਬਣਦੀ ਬਾਬੇ ਸਾਹਿਬ ਨਹੀਂ ਨਹੀਂ ਕਹਿੰਦੇ ਮੇਰੇ ਤੇ ਭਰੋਸਾ ਰੱਖ ਮੈਂ ਨਾ ਵਾਂ ਅੱਗੇ ਲੱਗੂ। ਚਲੋ ਲੱਗ ਗਈ 2012 ਦਾ ਵੀ ਤੁਹਾਨੂੰ ਪਤਾ ਕਿ ਸਾਰੇ ਲੀਡਰ ਇੱਕ ਉੱਪਰ ਫੇਰ ਹੋ ਗਏ ਸੀ, ਕੋਈ ਕਿਸੇ ਦੀ ਮਦਦ ਕਰ ਗਿਆ, ਕੋਈ ਕਿਸੇ ਦੀ ਮਦਦ ਕਰ ਗਿਆ। ਆਪਾਂ ਠੋਕ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ, ਤੁਸੀਂ ਸਾਰੇ ਇਸ ਗੱਲ ਦਾ ਗਵਾਹ। 2013 ਦੇ ਵਿੱਚ ਆ ਕੇ ਮੈਨੂੰ ਇਹਨਾਂ ਨੇ ਇਹ ਸਭ ਜਿਹੜੀ ਸੇਵਾ ਦਿੱਤੀ, ਕਹਿੰਦੇ ਤੂੰ ਅੱਗੇ ਲੱਗ ਪੈ, ਕਹਿੰਦੀ ਜੋ ਤੁਹਾਡਾ ਹੁਕਮ। ਚਲੋ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ, ਬੜੀ ਨੇਕ ਨੀਤੀ ਨੇ। ਮੈਂ ਆਪਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਮੇਰੇ ਕੋਲ ਜਿਹੜਾ ਵੀ ਆਵੇ ਕੋਈ ਵੀ ਨਾਰਾਜ਼ ਹੋ ਕੇ ਨਾ ਜਾਵੇ, ਮੈਂ ਹਰੇਕ ਦੀ ਸੇਵਾ ਕਰਦਾ, ਹਰੇਕ ਦੇ ਦੁੱਖ ਸੁੱਖ ਦੇ ਵਿੱਚ ਮੈਂ ਜਾਂਦਾ ਆਉਂਦਾ। ਚਲੋ ਤੁਸੀਂ ਬੜਾ ਪਿਆਰ ਦਿੱਤਾ। 2017 ਦਾ ਇਲੈਕਸ਼ਨ ਆਇਆ, ਆਪਾਂ ਮਿਹਨਤ ਬੜੀ ਕੀਤੀ, ਪਰ ਪਾਰਟੀ ਦਾ ਗ੍ਰਾਫ ਥੋੜਾ ਡਿੱਗ ਗਿਆ ਸੀ, ਆਪਾਂ ਹਾਰ ਗਏ, ਕੋਈ ਦੁੱਖ ਨਹੀਂ। ਫਿਰ ਲੱਗੇ 2022 ਦੇ ਵਿੱਚ, ਫਿਰ ਪਾਰਟੀ ਦਾ ਗ੍ਰਾਫ ਬਹੁਤ ਮਾੜਾ ਸੀ, ਆਪਾਂ ਫਿਰ ਬਹੁਤ ਮਿਹਨਤ ਕੀਤੀ। ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਆਪਾਂ ਫਿਰ ਬਾਜ਼ੀ ਜਿੱਤੀ, ਜਮਾਂ ਕਰੀਬ ਜਾ ਕੇ ਆਪਾਂ ਬਾਜ਼ੀ ਹਾਰ ਗਏ। ਇੱਕ ਹਫ਼ਤਾ ਮੈਂ ਮੇਰੇ ਪਰਿਵਾਰ ਨੂੰ ਸੈੱਟ ਕਰਨ ਦੇ ਵਿੱਚ ਮੈਨੂੰ ਲੱਗਿਆ ਇੱਕ ਹਫ਼ਤਾ। ਹਫ਼ਤੇ ਬਾਅਦ ਮੈਂ ਫਿਰ ਸਾਰਿਆਂ ਦੇ ਵਿੱਚ ਆ ਗਿਆ ਸੀ ਜੀ, ਜਿਹੜਾ 50,000 ਬੰਦਾ ਜਿਹਨੇ ਮੇਰੇ 'ਤੇ ਇਤਬਾਰ ਕੀਤਾ, ਮੈਨੂੰ ਪਿਆਰ ਕੀਤਾ, ਜਿਨ੍ਹਾਂ ਨੇ, ਉਹਨਾਂ ਨੂੰ ਮੈਂ ਛੱਡ ਨਹੀਂ ਸਕਦਾ, ਮੈਂ ਨਾਲ ਚੱਲ ਗਿਆ। ਫਿਰ ਉਸੇ ਸਪੀਡ ਨਾਲ ਚੱਲ ਪਈ ਪਾਰਟੀ ਦਾ ਗ੍ਰਾਫ, ਹੋਰ ਡਿੱਗਦਾ ਆ, ਆਪਾਂ ਹੋਰ ਮਿਹਨਤ ਵਧਾ ਲਈ। 2024 ਦੇ ਵਿੱਚ MP ਇਲੈਕਸ਼ਨ ਆ ਗਿਆ, ਆਪਾਂ ਫਿਰ ਵੀ ਤਿੰਨਾਂ ਪਾਰਟੀਆਂ ਦੇ ਬਰੋਬਰ ਆਪਣੇ ਇਕੱਲੇ ਹਲਕੇ ਤੋਂ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਫਿਰ ਵੋਟ ਲੈ ਗਏ। ਬਾਈ ਇਲੈਕਸ਼ਨ ਆ ਗਿਆ, ਜਿਹੜੀ ਅਸਲ ਗੱਲ ਜਿੱਥੋਂ ਆਪਣੀ ਸ਼ੁਰੂ ਹੁੰਦੀ ਹੈ। ਮੈਂ ਜਦੋਂ ਬਾਈ ਇਲੈਕਸ਼ਨ ਆਇਆ ਤੇ ਮੈਨੂੰ ਬੁਲਾਇਆ, ਮੈਨੂੰ ਕਹਿੰਦੇ ਵੀ ਕੀ ਪ੍ਰੋਗਰਾਮ ਆ, ਮੈਂ ਕਹਿੰਦੀ ਜੋ ਤੁਹਾਡਾ ਹੁਕਮ, ਕਿਉਂਕਿ ਕਦੇ ਮੇਰੇ ਜ਼ੁਬਾਨ ਚੋਂ ਪ੍ਰਧਾਨ ਸਾਹਿਬ ਦੇ ਖਿਲਾਫ਼ ਕਦੇ ਤੁਸੀਂ ਨਹੀਂ ਕੋਈ ਗੱਲ ਸੁਣੀ ਹੋਣੀ। ਹਮੇਸ਼ਾ ਮੈਂ ਐਸਾ ਇਨਸਾਨ ਸੀ ਸਰ, ਯੈਸ ਸਰ ਸੀ, ਫੌਜੀਆਂ ਨੂੰ ਪਹਿਲਾਂ ਹਾਂਜੀ ਕਹਿਣ ਜਾਂਦਾ ਸੀ, ਕਦੇ ਨਾ ਜੀ ਕਹੀ ਨਹੀਂ ਸੀ। ਔਰ ਮੈਂ ਪਿਆਰ ਵੀ ਉਹਨਾਂ ਨੂੰ ਬਹੁਤ ਕਰਦਾ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਆਪਣੇ ਵੱਡੇ ਭਰਾ ਸਮਝ ਕੇ, ਆਪਦਾ ਗੁਰੂ ਸਮਝ ਕੇ, ਕਿਉਂਕਿ ਮੈਨੂੰ ਸਿਆਸਤ 'ਚ ਉਹ ਲੈ ਕੇ ਆਏ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਨੂੰ ਹਜੇ ਅਸੀਂ ਬੀਬਾ ਜੀ ਨੂੰ ਵਧਾਈ ਦੇ ਨਹੀਂ ਗਏ ਹਾਂ, ਤੇ ਬੀਬਾ ਜੀ ਨੇ ਅਨਾਊਂਸ ਕਰਤਾ ਵੀ ਆਪਾਂ ਇੱਥੇ ਸੁਖਬੀਰ ਜੀ ਨੂੰ ਇੱਥੋਂ ਇਲੈਕਸ਼ਨ ਲੜਾਵਾਂਗੇ। ਚਲੋ ਅਸੀਂ, ਮੈਂ ਵਧਾਈ ਦੇਤੀ, ਮੈਂ ਕਿਹਾ ਜੀ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ, ਜੇ ਸਾਨੂੰ ਮੁੱਖ ਮੰਤਰੀ ਕਹਿੰਦਾ ਅਸੀਂ ਉਦੋਂ ਵੀ ਗਲਤ ਜੋੜ ਲਵਾਂਗੇ ਆਪ। ਥੋੜ੍ਹੇ ਦਿਨਾਂ ਬਾਅਦ ਇਹਨਾਂ ਨੂੰ ਮਿਲੇ ਸੁਖਬੀਰ ਜੀ ਨੂੰ, ਸੁਖਬੀਰ ਜੀ ਕਹਿੰਦੇ ਵੀ ਮੈਂ ਤਾਂ ਲੜਨਾ ਨਹੀਂ ਇਲੈਕਸ਼ਨ। ਚਲੋ ਮੈਂ ਕਹਿੰਦੀ ਜੇ ਤੁਸੀਂ ਨਹੀਂ ਲੜਨਾ ਤਾਂ ਫਿਰ ਤੁਸੀਂ ਦੱਸੋ ਕੌਣ ਲੜੂਗਾ। ਕਹਿੰਦੇ ਕੋਈ ਨਹੀਂ ਆਪਾਂ ਰਾਇਆ ਕਰ ਲਵਾਂਗੇ। ਮੈਂ ਕਹਿੰਦੀ ਜੋ ਤੁਹਾਡਾ ਹੁਕਮ,
ਉਦੋਂ ਬਾਅਦ 10 ਦਿਨਾਂ ਬਾਅਦ ਮੈਨੂੰ ਦਿੱਲੀ ਬੁਲਾ ਲਿਆ, ਮੈਨੂੰ ਕਹਿੰਦੇ ਇਲੈਕਸ਼ਨ ਆਪਾਂ ਦੇਖਦੇ ਹਾਂ ਤਾਂ ਤੂੰ ਤਿਆਰੀ ਕਰ, ਤੂੰ ਹੀ ਰਹੇਗਾ ਕਹਿੰਦੇ। ਮੈਂ ਕਿਹਾ ਠੀਕ ਆ, ਮੈਂ ਤਿਆਰੀ ਵੀ ਦਿੱਤੀ। ਡਿੰਪੀ ਨੂੰ ਕੋਈ ਲਾਲਚ ਮਿਲ ਗਿਆ ਹੋਣਾ, ਡਿੰਪੀ ਨੂੰ ਕੋਈ ਮਿਨਿਸਟਰੀ ਦੇ ਦਿੱਤੀ ਹੋਣੀ ਆ, ਡਿੰਪੀ ਨੂੰ ਕਿਸੇ ਕਿਸਮ ਦਾ ਕੋਈ ਇਹਨਾਂ ਨੇ ਰੁਤਬਾ ਬਖਸ਼ਤਾ ਹੋਣਾ। ਛੱਤ ਥੱਲੇ ਖੜੇ ਆ, 2 ਮਹੀਨੇ ਹੋ ਗਏ ਮੇਰੇ ਕੋਲ ਆਫਰ ਆ ਗਿਆ, 2 ਮਹੀਨੇ ਪੂਰੇ ਜਦੋਂ ਦਾ ਬਾਈ ਇਲੈਕਸ਼ਨ ਹੋਇਆ ਉਦੋਂ ਦੇ ਮੇਰੇ ਮਗਰ ਫਿਰਦੇ ਆ। ਜਿੰਨਾ ਵੀ ਬੋਲੂਗਾ ਸੱਚ ਬੋਲੂਗਾ, ਕਿਉਂਕਿ ਸੰਗਤ ਹਮੇਸ਼ਾ ਰੱਬ ਵਰਗੀ ਹੁੰਦੀ ਹੈ, ਕਦੇ ਝੂਠ ਨਹੀਂ ਮਾਰਦੀ। ਮੈਨੂੰ ਕਾਂਗਰਸ ਦਾ ਵੀ ਆਫਰ ਆਇਆ, ਉਹ ਵੀ ਕਹਿੰਦੇ ਵੀ ਸਾਡੇ ਨਾਲ ਆ ਜਾ, ਇੱਥੇ ਤੈਨੂੰ ਕੁਛ ਨਹੀਂ ਮਿਲਣਾ। ਮੈਂ ਕਿਹਾ ਕੋਈ ਨਹੀਂ ਜੀ, ਬਹੁਤ ਧੰਨਵਾਦ ਤੁਹਾਡਾ। ਮੈਨੂੰ ਬੀਜੇਪੀ ਦੇ ਇੱਥੇ ਪੰਡਿਤ ਜੀ ਬੈਠੇ ਹੋਣੇ ਆ ਸ਼ਾਇਦ, ਉਹਨਾਂ ਨੇ ਵੀ ਮੇਰੀ ਮੈਨੂੰ ਸੁਨੇਹਾ ਦਿੱਤਾ। ਮੈਂ ਉਹਨਾਂ ਨੂੰ ਵੀ ਹੱਥ ਬੰਨੇ, ਮੈਂ ਕਿਹਾ ਨਹੀਂ ਜੀ, ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਨਾਲ ਬਹੁਤ ਧੱਕਾ ਕੀਤਾ, ਬੀਜੇਪੀ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ, ਉਹਨਾਂ ਤਾਂ ਬਹੁਤ ਦੁਖੀ ਕਰ। ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਬਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਨਾਗੇ। ਮੈਂ ਕਿਹਾ ਜੀ ਆਮ ਬੰਦੇ ਦੀ 1 ਲੱਖ ਬੰਦੀ ਵੀ ਹੁੰਦੀ ਹੈ, ਮੇਰੀਆਂ 2 ਬੰਦੀਆਂ ਨੇ। ਕਹਿੰਦੇ ਜੀ ਉਹ ਕਿਹੜੀਆਂ? ਮੈਂ ਕਿਹਾ ਜੀ 1 ਲੱਖ ਤਾਂ ਮੇਰੀ ਪਾਰਟੀ ਦੇ ਨਾਲ ਬੰਨੀ ਹੋਈ ਆ, ਮੇਰੇ ਬਾਪੂ ਜੀ ਨੇ ਇਸ ਪਾਰਟੀ 'ਚ ਮੈਨੂੰ ਸਾਡੀ ਬਾਂਹ ਫੜਾਈ ਸੀ, ਬਾਦਲ ਸਾਹਿਬ ਨੂੰ, ਸਾਡੇ ਸਾਰੇ ਪਰਿਵਾਰ ਦੀ। ਅਤੇ ਦੂਜੀ ਲੱਤ ਮੇਰੀ ਮੋਹ ਦੀਆਂ ਤੰਦਾਂ ਨਾਲ ਬੰਨੀ ਹੋਈ ਹੈ, ਜਿਹੜੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਅਸੀਂ ਸਾਡਾ ਪਰਿਵਾਰ ਪਿਆਰ ਕਰਦਾ। ਇਸ ਕਰਕੇ ਜੀ ਮੈਂ ਮੈਨੂੰ ਤੁਸੀਂ ਜੋ ਮਰਜ਼ੀ ਦੇ ਦਿਓ, ਮੈਂ ਐਂ ਬਹੁਤ ਖੁਸ਼ ਹਾਂ ਮੇਰੇ ਕੋਲ ਜੋ। ਚਲੋ ਉਹਨਾਂ ਨੂੰ ਵੀ, ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਉਂਦੇ ਰਹੇ। ਮੈਂ ਦੱਸਦਾ ਰਿਹਾ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਮੇਰੇ 'ਤੇ ਬਹੁਤ ਪ੍ਰੈਸ਼ਰ ਆ, ਮੇਰਾ ਬਹੁਤ ਮਤਲਬ ਕਿ ਮੈਨੂੰ ਕਹਿ ਰਹੇ ਆ ਵੀ ਤੂੰ ਆ ਜਾ, ਮੈਂ ਜਵਾਬ ਦੇ ਕੇ ਆ ਗਿਆ ਕਿ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਲਓ ਆਪਦੇ ਆਪ ਨੂੰ, ਮੈਂ ਤੁਹਾਨੂੰ ਛੱਡ ਨਹੀਂ ਸਕਦਾ, ਮੈਂ ਅਕਾਲੀ ਦਲ ਨੂੰ ਨਹੀਂ ਛੱਡ ਸਕਦਾ ਜੀ, ਗੱਲ ਮੁੱਕ ਗਈ, ਮੈਂ ਤੁਹਾਡੇ ਨਾਲ। ਠੀਕ ਆ ਮੈਨੂੰ ਓਕੇ, ਪ੍ਰੋਗਰਾਮ ਬਣਾਓ, ਕਹਿੰਦੇ ਮੈਂ ਆਉਣਾ ਪਿੰਡਾਂ 'ਚ। ਜੋ ਹੁਕਮ, ਜੇ ਮੇਰੇ ਮਨ 'ਚ ਕੋਈ ਐਸੀ ਗੱਲ ਹੁੰਦੀ, ਤੁਸੀਂ ਸਾਰੇ ਜਣੇ ਬੈਠੇ ਹੋ ਅੱਜ, ਸਾਰੇ ਕੋਲ ਬਾਹਰੋਂ ਵਰਕਰ ਆਏ ਹੋਣੇ ਆ, ਸਾਰੀਆਂ ਮੇਰੀਆਂ ਲਿਸਟਾਂ ਦਿੱਤੀਆਂ ਗਈਆਂ ਆਪਣੇ ਆਫਿਸ 'ਚੋਂ ਗਈਆਂ, ਸਾਰਿਆਂ ਦੇ ਤੁਹਾਡੇ ਟੈਲੀਫੋਨ ਨੰਬਰ ਮੈਂ ਦਿੱਤੇ ਆ। 4 ਦਿਨ ਸੁਖਬੀਰ ਜੀ ਆਪਣੇ ਹਲਕੇ 'ਚ ਤੁਰੇ ਫਿਰਦੇ ਆ, ਉਹ ਆਪਾਂ ਪ੍ਰੋਗਰਾਮ ਬਣਾਏ ਆ, ਮੈਂ ਲੈ ਕੇ ਆਇਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ। ਉਹਨਾਂ ਦਾ OSD ਸਾਬਕਾ ਆਫਿਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਜੀ, ਮੈਂ ਬਿਠਾਇਆ ਲਿਆ ਕੇ ਬਾਈ ਜੀ ਤੁਸੀਂ ਬੈਠ ਕੇ ਕੰਮ ਕਰੋ, ਮੇਰਾ ਆਫਿਸ ਸੰਭਾਲੋ, ਸਾਰਿਆਂ ਨੂੰ ਮੋਨੀਟਰ ਕਰੋ, ਕਿ ਮੇਰੇ ਮਨ 'ਚ ਕੋਈ ਪਾਪ ਹੁੰਦਾ ਜਾਂ ਕੋਈ ਇਹੋ ਜਿਹੀ ਬੇਈਮਾਨੀ ਹੁੰਦੀ ਤਾਂ ਮੈਂ ਆਪਦਾ ਸਾਰਾ ਕੁਛ ਸਾਰਾ ਉਸ ਵੇਲੇ ਥੋੜ੍ਹਾ ਜਿਹਾ ਮਨ ਨੂੰ ਇੰਨੀ ਕੁ ਸੱਟ ਵੱਜੀ, ਕਿਉਂਕਿ ਡਾਊਟ ਮੈਨੂੰ ਪਹਿਲਾਂ ਤੋਂ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਦਾ, ਤੇ ਕਿਉਂਕਿ ਆਪਸ ਵਿੱਚ ਦੋਨੇ ਹੀ ਦੱਸਦੇ ਸੀ ਬਾਦਲ ਸਾਹਿਬ ਵੀ ਤੇ ਮਨਪ੍ਰੀਤ ਵੀ ਕਿ ਅਸੀਂ ਦੋਨੇ ਘਿਓ ਖਿਚਣੀ ਆ। ਮੈਂ ਕਿਹਾ ਇਹ ਘਿਓ ਖਿਚੜੀ ਦੇ ਵਿੱਚ ਮੈਂ ਹੀ ਬੱਖੀ ਆ, ਮੈਨੂੰ ਕੱਢ ਕੇ ਬਾਹਰ ਮਾਰੂੰਗੇ, ਪਰ ਮੈਨੂੰ ਲੋਕ ਕਹਿਣ ਲੱਗ ਪਏ ਸੀ
ਵੀ ਬਾਈ ਇਹ ਤੈਨੂੰ ਰਗੜਨਗੇ ਦੋਨੇ ਭਰਾ ਰਲ ਕੇ, ਬਾਈ ਇਹ ਤੈਨੂੰ ਰਗੜਨਗੇ, ਮੈਂ ਕਿਸੇ ਦੀ ਗੱਲ ਨੀ ਮਾਰ, ਪਿਆਰ ਚ ਇੰਨਾ ਅੰਨਾ ਸੀ, ਮੈਂ ਤੁਹਾਨੂੰ ਸਹੀ ਗੱਲ ਦੱਸਦਾ। ਮੈਂ ਕਿਹਾ ਨਹੀਂ ਯਾਰ ਮੇਰੇ ਨਾਲ ਹੁੰਦੀ ਹੈ, ਕਿਉਂਕਿ ਮੈਂ ਆਪ ਸਾਫ਼ ਸੁਥਰਾ ਜਿਹਾ ਬੰਦਾ, ਵੀ ਮੇਰੇ ਨਾਲ ਨਹੀਂ ਹੋ ਸਕਦਾ ਇਹ। ਕਹਿੰਦੇ ਤਾਂ ਵੇਖ ਲਾ, ਹੋਰ ਦੇਖ ਲਾ, ਹੋਰ ਦੇਖ ਲਾ। ਚਲੋ ਅਖੀਰ ਤੇ ਇੱਕ ਦਿਨ ਮੈਨੂੰ ਬੁਲਾਇਆ, ਜਨਵਰੀ ਦੀ ਗੱਲ ਆ, ਮੈਨੂੰ ਕਹਿੰਦੇ ਜਿੰਦਗੀ ਤੂੰ ਆਪਾਂ ਸਰਦਾਰ ਮਨਦੀਪ ਸਿੰਘ ਬਾਦਲ ਸਾਹਿਬ ਨੂੰ ਜੇ ਨਾਲ ਲਾ ਲਈਏ। ਮੈਂ ਕਿਹਾ ਜੀ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ, ਨਾਲੋ ਨਾਲ ਚਲੋ ਪਾਰਟੀ ਤਕੜੀ ਹੋ ਜੂਗੀ। ਫਿਰ ਕਹਿੰਦੇ ਇਹਨਾਂ ਨੇ ਜੀ ਸ਼ਰਤ ਰੱਖੀ ਹੈ, ਕਹਿੰਦੇ ਗਦਰਵੇ ਆ ਕੇ ਮੈਂ ਆਹ ਮੈਨੂੰ ਸੀਟ ਦਿਓ। ਮੈਂ ਕਿਹਾ ਜੀ ਇਹ ਦੇ ਦਿਓ ਤੁਹਾਨੂੰ ਕੋਈ ਨੀ, ਮੈਂ ਪਿੱਛੇ ਹਟ ਜਾਊਂਗਾ। ਜਿੱਥੋਂ ਤੱਕ ਇੱਥੋਂ ਤੱਕ ਗੱਲ ਸੀ ਠੀਕ ਸੀ, ਮੈਨੂੰ ਕਹਿੰਦੇ ਤੂੰ ਦੇਖ ਲੈ ਯਾਰ ਫਿਰ ਹੁਣ ਸਿਆਸਤ ਕਰਨੀ ਹੈ ਕਿ ਨਹੀਂ ਕਰਨੀ। ਮੈਨੂੰ ਬਹੁਤ ਦਿਲ ਨੂੰ ਚੀਰਤਾ ਮਿਲੇ ਹੋਇਆ ਇਸ ਗੱਲ ਤੋਂ, ਵੀ ਯਾਰ ਮੇਰੀ ਇੰਨੀ ਸਿੱਧੀ ਵਫ਼ਾਦਾਰੀ ਦਾ ਮੈਨੂੰ ਆਹ ਸਿਲਾ ਦਿੱਤਾ, ਵੀ ਵਰਤ ਕੇ ਮੈਨੂੰ 12 ਸਾਲ ਤੇ ਹੁਣ ਤੂੰ ਵੇਖ ਲੈ ਕੀ ਕਰਨਾ। ਮੈਨੂੰ ਕਹਿਣ ਦੇ ਯਾਰ ਆਪਾਂ ਇਹਦੀ ਮਦਦ ਕਰਨੀ ਹੈ, ਸਹੁੰ ਖਾ ਕੇ ਕਹਿਣਾ ਮੈਂ ਕਦੇ ਜਵਾਬ ਦੇਣ ਦਾ ਮਤਲਬ ਹੀ ਨਹੀਂ ਸੀ, ਮੇਰਾ ਸਵਾਲ ਹੀ ਨਹੀਂ ਪਹਿਲਾਂ ਦੱਸਦੇ ਪਿੱਛੇ ਹਟ ਜਾਣਾ, ਤੁਹਾਨੂੰ ਵੀ ਮੇਰੀ ਆਪਦਾ ਪਤਾ। ਜਦੋਂ ਆਹ ਗੱਲ ਕਹੀ ਨਾ ਵੀ ਤੂੰ ਵੇਖ ਲੈ ਸਿਆਸਤ ਕਰਨੀ ਹੈ ਕਿ ਨਹੀਂ ਕਰਨੀ, ਮੈਂ ਇਕੱਠਾ ਹੋ ਗਿਆ। ਮੈਂ ਕਿਹਾ ਯਾਰ ਬਹੁਤ ਮਾੜੀ ਕੀਤੀ, ਮੈਂ ਬੋਲਿਆ ਤਾਂ ਕੁਛ ਇੰਨੀ ਵੱਡੀ ਸੀ ਕੀ ਬੋਲਣਾ ਸੀ। ਉਹਨਾਂ ਨੇ ਮੇਰਾ ਮੂੰਹ ਦੇਖ ਲਿਆ, ਮੈਨੂੰ ਕਹਿੰਦੇ ਜੇ ਕਰਨੀ ਹੈ ਤਾਂ ਤਲਵੰਡੀ ਸਾਹਿਬ ਜਾਉਣਾ, ਉਹ ਸੀਟ ਦੇ ਦਿੰਦੇ ਆ। ਮੈਂ ਹੱਥ ਬੰਨਤੇ, ਮੈਂ ਕਿਹਾ ਜੀ ਕੋਈ ਮੈਂ ਉੱਥੇ ਨਹੀਂ ਜਾਣਾ, ਮੈਂ ਆਪਣੇ ਘਰੇ ਜਾਣ ਤੋਂ ਮੈਂ ਆਪਣੇ ਘਰੇ ਉੱਤੇ ਆ ਗਿਆ ਜੀ। ਕਹਿ ਆਇਆ ਮੈਂ ਉਹਨਾਂ ਤੋਂ, ਕਹਿੰਦਾ ਮੈਂ ਕਿਹਾ ਜੀ ਮੈਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਹੀ ਮੈਂ ਆਪ ਚੱਲਦਾ। ਮੈਂ ਕਿਹਾ ਜੀ ਮੇਰਾ ਸੁਆਹ ਠੀਕ ਨਹੀਂ, ਮਨ ਚ ਖਾੜ ਵੱਜਦੇ ਆ, ਸਾਨੂੰ ਰਗੜਨਗੇ, ਮੈਂ ਆਪਣੇ ਘਰੇ ਬੈਠੂਗਾ ਜੀ, ਤੁਸੀਂ ਲੜੋ ਇਹ ਨਾ ਲਗਾਓ ਜੋ ਮਰਜ਼ੀ ਕਰੋ। ਇਸ ਗੱਲ ਦਾ ਪਤਾ ਨਹੀਂ ਸੀ ਕਿ ਬਾਈ ਇਲੈਕਸ਼ਨ ਆ ਜਾਊਗਾ, ਮੈਂ ਘਰੇ ਬਹਿ ਗਿਆ ਆ ਕੇ। ਪਤਾ ਨਹੀਂ ਇਹਨਾਂ ਦੇ ਮਨ ਚ, ਕਿਉਂਕਿ ਅਸੀਂ ਦੋਨੇ ਸਿੱਧੀ ਜਾਂ ਬੰਦੇ ਹੀ ਨਹੀਂ ਸੀ ਸਾਡੇ ਕੋਲ, ਇਹਨਾਂ ਦੇ ਮਨ ਚ ਕੀ ਆਇਆ ਅੰਦਰੋਂ ਤਾਂ ਬੰਦੇ ਦੀ ਜ਼ਮੀਰ ਤਾਂ ਆਵਾਜ਼ ਦਿੰਦੀ ਆ। ਤੀਜੇ ਦਿਨ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆਉਣਾ ਤੇਰੇ ਕੋਲ ਚਾਹ ਪੀ। ਮੈਂ ਕਹਿੰਦੀ ਤੁਸੀਂ ਬਹੁਤ ਸਤਿਕਾਰਯੋਗ ਹੋ, ਵੱਡੇ ਹੋ, ਮੈਂ ਚੰਗਾ ਨਹੀਂ ਲੱਗਦਾ, ਮੈਂ ਹੀ ਆ ਜਾਂਦਾ। ਮੈਂ ਕਿਹਾ ਮੈਂ ਦੱਸੋ ਕੀ ਰੁਕਣਾ। ਕਹਿੰਦੇ ਯਾਰ ਤੂੰ ਗੁੱਸਾ ਬਣਾ ਗਿਆ ਮੇਰੀ ਗੱਲ ਦਾ। ਮੈਂ ਦੱਸਦਾ, ਮੈਂ ਕਹਿੰਦੀ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਮਹਿਸੂਸ ਹੋਇਆ, ਹੋਰ ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀਂ, ਪਰ ਤੁਸੀਂ ਮਾੜੀ ਕੀਤੀ, ਮੈਨੂੰ ਵੈਸੇ ਕਹਿੰਦੇ ਇਹਦੇ ਪਤਾ ਲੱਗ ਗਿਆ, ਮੈਂ ਲੱਗ ਜਾਂਦਾ। ਫਿਰ ਕਹਿੰਦੇ ਨਹੀਂ ਤੂੰ ਅੱਗੇ ਲੱਗ, ਤੂੰ ਮੇਰੀ ਕਿਚਨ ਕੈਬਨਿਟ ਦਾ ਬੰਦਾ, ਤੂੰ ਅੱਗੇ ਲੱਗ ਕੇ ਕੰਮ ਕਰ, ਠੀਕ ਹੈ ਜੋ ਤੁਹਾਡਾ ਹੁਕਮ। ਫਿਰ ਲੱਗ ਪਿਆ ਜੀ ਮੈਨੂੰ, ਫਿਰ ਹੁਣ ਮੈਂ ਉਹਦੇ ਦਾ ਇਹਨਾਂ ਨੂੰ ਬੇਨਤੀ ਕਰ ਰਿਹਾ। ਮੈਂ ਕਿਹਾ ਭਾਈ ਜੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਹਰੇਕ ਦੇ ਘਰੇ ਜਾ ਕੇ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇੱਕ ਗੱਲ ਆ। ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੜਨਾ, ਟਿਕਟ ਮੇਰੀ ਤੁਸੀਂ ਅਨਾਊਂਸ ਨਹੀਂ ਕਰ ਰਹੇ, ਇਲੈਕਸ਼ਨ ਦੀ ਤੁਸੀਂ ਮੈਨੂੰ ਭੇਜ ਜਾਂਦੇ ਹੋ ਅੰਦਰ ਖਾਤੇ, ਬਾਹਰ ਤੁਸੀਂ ਅਨਾਊਂਸ ਨਹੀਂ ਕਰਦੇ, ਉਹ ਆਪਣੀਆਂ ਜੜਾਂ ਵੱਢੀ ਜਾਂਦਾ। ਮੈਂ ਹੱਥ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ, ਮੈਂ ਕਿਹਾ ਬਾਈ ਜੀ ਥੋੜਾ ਜਿਹਾ ਬੀਜੇਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ। ਮੈਂ ਕਿਹਾ ਲੋਕ ਪਹਿਲਾਂ ਵੀ ਆਪਾਂ ਆਹੀ ਹਾਰੇ ਹਾਂ, MP ਇਲੈਕਸ਼ਨ ਵੀ ਆਹੀ ਹਾਰੇ ਹਾਂ,
ਤੁਸੀਂ ਬੀਜੇਪੀ ਦੇ ਖਿਲਾਫ ਨਹੀਂ ਬੋਲੇ ਬਿਲਕੁਲ ਵੀ, ਲੋਕਾਂ ਨੂੰ ਤੁਹਾਡੇ ਤੇ ਡਾਊਟ ਹੋ ਗਿਆ ਕਿ ਤੁਸੀਂ ਇਕੱਠੇ ਹੋ, ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ, ਫਿਰ ਹਾਰਾਂਗੇ। ਠੀਕ ਹੈ, ਤੁਹਾਡਾ ਭਰਾ ਤੁਹਾਡੀ ਇਹਦੇ ਨਾਲ ਬਣਦੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਇਲੈਕਸ਼ਨ ਆ, ਲੋਕਾਂ ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ, ਆਪਾਂ ਨੂੰ ਇਹਦੇ ਖਿਲਾਫ ਤੋੜਨਾ ਪੈਣਾ। ਚੁੱਪ, ਕੋਈ ਆਵਾਜ਼ ਨਹੀਂ। ਤੂੰ ਬੇਟਾ ਇਹਨਾਂ ਨੂੰ ਲੈ ਕੇ ਆਊਗਾ ਅੱਗੇ, ਹਾਂ ਫੜ ਕੇ ਲੈ ਗਏ ਜਬਰਦਸਤ ਸਿੰਘ ਅੱਜ ਹੋ ਗਿਆ। ਚਲੋ ਨਹੀਂ ਬੋਲੇ, ਫਿਰ ਮੈਂ ਇਹ ਬੇਨਤੀ ਕੀਤੀ, ਮੈਂ ਕਿਹਾ ਜੀ ਚਲੋ ਤੁਹਾਡਾ ਭਰਾਵਾਂ ਦਾ ਆਪਣੇ ਪਿਆਰ ਆ ਨਾ, ਇੱਥੋਂ ਇਲੈਕਸ਼ਨ ਤੁਸੀਂ ਲੜ ਲਓ, ਮੈਂ ਬੈਕ ਆਊਟ ਕਰ ਦੇਣਾ, ਤੁਸੀਂ ਅੱਗੇ ਆ ਜਾਓ, ਉਹ ਵੀ ਨਹੀਂ ਲੜਨਾ। ਫਿਰ ਮੈਂ ਕਿਹਾ ਇਹਨੂੰ ਟਿਕਟ ਦੇ ਦਿਓ, ਮੈਨੂੰ ਕਿਉਂ ਮਾਰ ਦਿਓ, ਇਹਨੂੰ ਲੜਾ ਲਓ, ਉਹ ਵੀ ਨਹੀਂ ਦੇਣੀ, ਫਿਰ ਹੁਣ ਤੁਸੀਂ ਦੱਸ ਦਿਓ ਜੀ ਮੈਂ ਕੀ ਕਰਦਾ। ਮੈਂ ਫਿਰ ਅਖੀਰ ਨੂੰ ਅੱਕ ਕੇ ਕੱਲ ਸਾਰੀ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ, ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਅਸੀਂ ਘਰੇ ਬੈਠ ਕੇ ਘਰੇ ਫੈਸਲਾ ਕੀਤਾ, ਮੈਂ ਸਨੀ ਨੇ ਸਾਡੇ ਸਾਰੇ ਪਰਿਵਾਰ ਨੇ ਬੱਚਿਆਂ ਨੇ ਵੀ ਯਾਰ ਆਪਾਂ ਕਿਉਂ ਇਸ ਚੱਕਰ ਚ ਪਏ ਹਾਂ, ਆਪਾਂ ਨੂੰ ਕਿਹੜਾ ਕੋਈ ਕਿਸੇ ਕਿਸਮ ਦਾ ਲਾਲਚ ਆ ਜਾਂ ਕੁਛ ਆਪਾਂ ਇਹਦੇ ਚੋਂ ਖਾਣਾ, ਨਾਲੇ ਖਰਚ ਕਰਦੇ ਹਾਂ, ਨਾਲੇ ਬਦਨਾਮੀ ਕਰਾਉਂਦੇ ਹਾਂ, ਕਾਰੋਬਾਰੀ ਖਾਦੇ ਹਾਂ, ਜਿਹੜੇ ਮਗਰ ਆਪਣੇ ਲੱਗੇ ਹੋਏ ਆ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ, ਤੇ ਹੋਵੇ ਨਾ ਤਾਂ ਮਨਾ ਆਪਾਂ ਰੈਜ਼ਿਗਨੇਸ਼ਨ ਦੇ ਕੇ ਆਪਦੇ ਘਰੇ ਬੈਠੀਏ। ਤੇ ਜਿਹੜੀ ਮੇਰੀ ਪਹਿਲਾਂ ਲਾਈਨ ਸੀ, ਮੈਂ 30 ਸਥਾਨਾਂ ਤੇ ਬਹੁਤ ਜਾਇਆ ਕਰਦਾ ਸੀ, ਮੈਨੂੰ ਬੜਾ ਸ਼ੌਂਕ ਸੀ ਹਰੇਕ ਗੁਰਦੁਆਰੇ ਜਾ ਕੇ ਦਰਸ਼ਨ ਮੇਲੇ ਕਰਨ ਦਾ, ਤੇ ਮੈਂ ਕਿਹਾ ਜੀ ਮੈਂ ਉਹ ਵੀ ਆਪਦੀ ਭਜਨ ਬੰਦਗੀ ਵਾਲੀ ਲਾਈਨ ਪੜ੍ਹਾਂ ਤੇ ਮੈਂ ਇਹ ਕੰਮ ਛੱਡਾਂ, ਇਹ ਫੈਸਲਾ ਕੀਤਾ ਸੀ। ਚਲੋ ਮੈਂ ਜਲਦੀ ਕਰ ਵੀ ਆਰਾਮ ਨਾਲ ਆਪਦੇ ਘਰੇ ਬੈਠਾਂਗੇ, ਰੈਜ਼ਿਗਨੇਸ਼ਨ ਦੇ ਕੇ ਭੈਣ ਸਿਆਸ ਨਿਕਲਣੀ, ਮੈਂ ਰੱਖਿਆ ਤੇ ਆਇਆ ਨਹੀਂ ਗਿਆ। ਅਸਲ ਕਹਾਣੀ ਮੇਰੀ ਇੱਥੇ ਆ ਕੇ ਖਤਮ ਹੁੰਦੀ ਆ, ਪਰ ਅੱਜ ਜਦੋਂ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਖਿਆ, ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ, ਇੰਨਾ ਮੇਰੇ ਤੇ ਵਿਸ਼ਵਾਸ ਕਰਦੇ ਹੋ, ਤੇ ਜੇ ਮੈਂ ਅੱਧ ਵਿਚਾਲੇ ਛੱਡ ਕੇ ਕਿਸੇ ਪਾਸੇ ਜਾਊਂਗਾ ਤਾਂ ਮੈਨੂੰ ਪਰਮਾਤਮਾ ਨੇ ਮਾਫ਼ ਕੀਤਾ, ਕਿਉਂਕਿ ਮੈਂ ਹਮੇਸ਼ਾ ਬਜ਼ੁਰਗਾਂ ਦਾ ਬੱਚਾ ਬਣ ਕੇ ਰਿਹਾ ਤੇ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ, ਉਹਨਾਂ ਦਾ ਪਿਆਰ ਉਸ ਹਿਸਾਬ ਨਾਲ ਕੀਤਾ। ਹਜੇ ਤੱਕ ਯਕੀਨ ਜਾਣਿਓ ਹੁਣ ਵੀ ਮੈਨੂੰ ਕੱਲ੍ਹ ਰਾਤ ਦੇ ਟੈਲੀਫੋਨ ਦੁਬਾਰੇ ਆਉਣ ਲੱਗ ਪਏ ਵੀ ਹੁਣ ਫੈਸਲਾ ਕਰ ਲਓ, ਮੈਂ ਕੋਈ ਫੈਸਲਾ ਨਹੀਂ ਕੀਤਾ, ਛੱਤ ਥੱਲੇ ਖੜੇ ਆ, ਕਿਸੇ ਨੂੰ ਹੱਥ ਨਹੀਂ ਲਾਇਆ, ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਗੱਲ ਕਰਾਈ ਆ, ਮੈਂ ਸਾਰੀ ਉਮਰ ਤੋਂ ਕੱਚੇ ਘੜੇ ਪਾਣੀ ਕਰੂੰਗਾ, ਪਰ ਤੁਸੀਂ ਜੋ ਹੁਕਮ ਕਰੋਗੇ, ਕਿਉਂਕਿ ਜੇ ਮੈਂ ਵੇਖਾਂ ਆਪਣੇ ਬੱਲੇ ਤਾਂ ਕੁਛ ਵੀ ਮੇਰੇ ਬੱਲੇ, ਤੇ ਜੇ ਮੈਂ ਵੇਖਾਂ ਰਹਿ ਤਾਂ ਤੇਰੀਆਂ ਫਿਰ ਬੱਲੇ ਬੱਲੇ ਬੱਲੇ।
ਜੋ ਤੁਸੀਂ ਜੋ ਫੈਸਲਾ ਕਰੋਗੇ, ਇੰਨੀ ਸੰਗਤ ਖੜੀ ਆ, ਡਿਪਟੀ ਕਦੇ ਤੁਹਾਨੂੰ ਭੱਜੂਗਾ ਨਹੀਂ, ਤੁਹਾਡੇ ਨਾਲ ਵਾਅਦਾ ਕਰਦਾ। ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਇਸ ਰਸਤੇ ਤੇ ਚੱਲਣਾ, ਨੰਗੇ ਪੈਰੀ ਜਾਊਗਾ, ਕਦੇ ਤੁਹਾਡੀ ਪੱਗ ਨੂੰ ਇਹ ਦਾਗ ਲੱਗ ਜੇ ਕਿ ਹਾਂ ਡਿਪਟੀ ਨੇ ਫਲਾਣੇ ਬੰਦੇ ਦਾ ਧੱਕਾ ਕਰਤਾ, ਹਾਂ ਡਿਪਟੀ ਨੂੰ ਅਸੀਂ ਅੱਗੇ ਲਾਇਆ ਸੀ ਇਹਨੇ ਕਰਪਸ਼ਨ ਕਰ ਲਈ, ਹਾਂ ਡਿਪਟੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੱਗ ਰੋਲਤੀ, ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਊਂਗਾ, ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜਾ ਦੁਬਾਰਾ ਵੋਟ ਪਾਇਆ। ਇੱਕੋ ਇੱਕ ਇੱਛਾ ਮੇਰੇ ਮਨ ਦੀ, ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ, 50,000 ਵੋਟ ਦੇ ਕਰੀਬ ਮੈਨੂੰ ਤੁਸੀਂ ਦੋ ਵਾਰੀ 50,000 ਬੰਦੇ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ, ਤੇ ਮੇਰੇ ਤੇ ਤੁਹਾਡਾ ਇਹ ਬਹੁਤ ਵੱਡਾ ਕਰਜ਼ ਆ, ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ ਉਤਾਰਾਂ, ਜੋ ਵੀ ਕਿਸੇ ਦੇ ਉਹ ਕੰਮ ਫਸੇ ਜਾਣ ਮੈਂ ਉਹ ਕੰਮ ਸਿਰ ਚੜਾ ਤੁਹਾਡਾ ਜੋ ਵੀ ਹੁਕਮ ਹੋਊਗਾ। ਇੱਥੇ ਬੜੇ ਲੋਕ ਅਫਵਾਹਾਂ ਵੀ ਡਾ ਰਹੇ ਆ, ਪ੍ਰਧਾਨ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ, ਮੈਂ ਤੁਹਾਨੂੰ ਐਵੇਂ ਕਹਾਂ ਵੀ ਮੈਨੂੰ ਕੋਈ ਉਹਨਾਂ ਦੇ ਵੀ ਆਏ, ਉਹਨਾਂ ਦੇ ਬੰਦੇ ਵੀ ਆਏ, ਕਹਿ ਰਹੇ ਆ ਵੀ ਤੂੰ ਕਰੀ ਵਾਪਸ ਆ ਜਾ। ਮੈਨੂੰ ਕਿਸੇ ਸਿਆਣੇ ਬਜ਼ੁਰਗਾਂ ਨੇ ਕਿਹਾ, ਕਹਿੰਦੇ ਰਾਤਾਂ ਹੁਣ ਵਾਪਸ ਨਾ ਜਾਈ, ਤੈਨੂੰ ਮਾਰ ਦੇਣਗੇ, ਕਹਿੰਦੇ ਜੀ ਉਹ ਜੇ ਤੂੰ ਕਹਿੰਦੇ ਉਦੋਂ ਬੈਠਾ ਨੀ ਨਾ ਲਿਖਦਾ ਸੀ, ਕਹਿੰਦੇ ਹੁਣ ਤੂੰ ਖੜਾ ਵੀ ਨੀ ਲਿਖਦਾ, ਕਹਿੰਦੇ ਹੁਣ ਜਿੱਥੇ ਹੁਣ ਚੱਲ ਪਿਆ ਹੁਣ ਕਹਾਂ ਚੱਲ ਅਸੀਂ ਤੇਰੇ ਨਾਲ। ਇਸ ਕਰਕੇ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਆ, ਜੋ ਤੁਸੀਂ ਹੁਕਮ ਲਾ ਦੋਗੇ, ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋੜ ਲਓਗੇ, ਕਦੇ ਪਿੱਛੇ ਮੁੜ ਕੇ ਨਹੀਂ ਦੇਖੂੰਗਾ, ਤੁਹਾਡੇ ਨਾਲ ਵਾਅਦਾ ਕਰਦੇ ਕਰਦਾ। ਮੈਂ ਉਹਦਾ ਕੋਈ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸਹੁ ਖਾ ਕੇ ਤੇ ਫਿਰ ਮੁਕਰ ਜਾਊਂਗਾ, ਭਗਤ ਸਿੰਘ ਦੀ ਮਿੱਟੀ ਚੱਕ ਕੇ ਸਹੁ ਖਾ ਕੇ ਫਿਰ ਮੁਕਰ ਜਾਊਂਗਾ, ਪਾਰਟੀਆਂ ਦੀ ਸਹੁ ਖਾ ਕੇ ਸਾਰੀਆਂ ਪਾਰਟੀਆਂ ਚ ਗੇੜਾ ਦੇ ਆਊਂਗਾ, ਦੇਖੋ ਬਹੁਤ ਵੱਡਾ ਫੈਸਲਾ ਇਹ। ਮੈਂ ਜਦੋਂ ਕੱਲ ਬਹੁਤ ਧੰਨਵਾਦ ਪੁੱਤਰ ਸਾਹਿਬ, ਮੈਂ ਜਦੋਂ ਕੱਲ ਰੈਜ਼ਿਗਨੇਸ਼ਨ ਦਿੱਤਾ ਨਾ ਇਸ ਪਾਰਟੀ ਚੋਂ, 38 ਸਾਲ ਦਾ ਮੇਰਾ ਕੈਰੀਅਰ ਸੀ, 38 ਸਾਲ ਦਾ ਮੇਰੀ ਧਾਰ ਨਿਕਲ ਗਈ, ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ, ਮੈਂ ਉਦੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਭਰਾ ਕੱਲ ਹੋਏ ਹਾਂ, ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਗਾਲ ਦੇ ਲੱਗ ਗਈ, ਇੰਨਾ ਕੁ ਮਨ ਚ ਸੱਟ ਵੱਜ ਗਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਏ, ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ, ਕਿਉਂਕਿ ਇੱਕ ਰਸਤਾ ਹੀ ਹੋਰ ਸੀ, ਅਸੀਂ ਤਾਂ ਕੋਈ ਹੋਰ ਰਾਹ ਹੀ ਨਹੀਂ ਵੇਖਿਆ ਸੀ, ਕਦੇ ਕਿਸੇ ਨੂੰ ਮਿਲੀ ਨਹੀਂ ਸੀ, ਕਿਸੇ ਦੀ ਤਾਕਤ ਹੀ ਨਹੀਂ ਸੀ ਆਪਣੇ ਘਰੇ ਵੜ ਜਾਂਦਾ। ਪਰ ਹੁਣ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ
ਅੱਜ ਮੈਨੂੰ ਐਂ ਲੱਗ ਰਿਹਾ ਮੈਂ ਆਜ਼ਾਦ ਹੋ ਕੇ ਬਾਹਰ ਨਿਕਲਿਆ, ਆਪਾਂ ਇਕੱਲੇ ਆਪਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਕਰਕੇ ਜੋ ਤੁਸੀਂ ਆਖਣਾ ਰਹਿੰਦੇ। ਭਾਰਤੀ ਜਨਤਾ ਪਾਰਟੀ ਤੁਸੀਂ ਜਾਣਾ ਨੀ, ਕਿਉਂਕਿ ਕਿਸਾਨਾਂ ਨਾਲ ਬਹੁਤ ਵੱਡਾ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ। ਜੇ ਸਹਿਮਤ ਆਪਾਂ ਸਾਰੇ ਤੇ ਇੱਕ ਜਕਾਰਾ ਲਾ ਕੇ ਆਪਾਂ ਸਰਕਾਰ ਵੱਲ ਨੂੰ ਜਾਣ ਦਾ ਰਾਹ ਪੜ ਲਈਏ। ਮੇਰੀ ਇੱਛਾ ਇਹ ਆ, ਆਪਣੀ ਪਹਿਲਾਂ ਆਪਸ ਵਿੱਚ ਰਹਿ ਹੋਣੀ ਚਾਹੀਦੀ ਹੈ, ਚਾਹੇ ਝਾੜੂ ਆ, ਚਾਹੇ ਕਾਂਗਰਸ ਆ, ਚਾਹੇ ਜੋ ਵੀ ਆ, ਮੈਂ ਕਿੱਥੇ ਵੀ ਚੱਲਾਂ। ਦੇਖੋ ਤੁਸੀਂ ਸਾਰਿਆਂ ਨੇ ਇਹ ਹੁਕਮ ਲਾਇਆ ਵੀ ਆਪਾਂ ਸਰਕਾਰ ਵੱਲ ਚੱਲਣਾ, ਗੱਲ ਹੋ ਗਈ ਆ। ਆਪਾਂ ਪਹਿਲਾਂ ਗੱਲ ਖੋਲਾਂਗੇ ਸਾਰਿਆਂ ਦੇ ਸਾਹਮਣੇ, ਕੋਈ ਵੀ ਤੁਹਾਡੇ ਚੋਂ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਕੋਈ ਵੀ ਤੁਹਾਡੇ ਤੋਂ ਰਹਿ ਨਾ ਜਾਵੇ ਜਦੋਂ ਕੋਈ ਇੱਥੇ ਆਊਗਾ। ਨੰਬਰ 1, ਨੰਬਰ 2, ਹੁਣ ਮੇਰੀ ਵੀ ਗੱਲ ਸੁਣ ਲਓ। ਆਪਾਂ ਸਾਰੇ ਦੇਖੋ, ਮੈਂ ਆਪਦੇ ਵਾਸਤੇ ਕੁਛ ਮੰਗਣਾ, ਮੈਨੂੰ ਇਹ ਧਰਤੀ ਵੇਰ ਨਾ ਦੇਵੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਡੇ ਸਾਹਮਣੇ ਇਸ ਕਚਹਿਰੀ ਦੇ ਵਿੱਚ ਇਸ ਸਟੇਜ ਤੇ ਖੜ ਕੇ ਜੋ ਮੰਗੂਗਾ ਮੈਂ ਤੁਹਾਡੇ ਹੱਥੇ ਮੰਗੂ, ਆਪਦੇ ਹੱਥੇ ਮੰਗੂਗਾ, ਸਾਰਾ ਕੁਛ ਤੁਹਾਡੇ ਹੱਥੇ ਮੰਗੂਗਾ। ਅਗਰ ਸੀਐਮ ਸਾਹਿਬ ਜਾਂ ਜਿਹੜਾ ਵੀ ਉਹਨਾਂ ਦਾ ਕੋਈ ਇੱਕ ਜ਼ਿੰਮੇਦਾਰ ਬੰਦਾ ਆਉਂਦਾ
ਅਗਰ ਉਹ ਸਾਰੀਆਂ ਗੱਲਾਂ ਆਪਣੀਆਂ ਮੰਨਦਾ, ਆਪਣੇ ਨਾਲ ਵਾਅਦਾ ਕਰਦਾ, ਫਿਰ ਆਪਾਂ ਸਮਰਥਨ ਦੇਵਾਂਗੇ। ਜੇ ਮੰਨ ਗਏ ਸਾਰੀਆਂ ਗੱਲਾਂ ਵੀ ਹਾਂ ਕਾਕਾ ਤੂੰ ਜੋ ਕਹੇ ਅਸੀਂ ਉਹੀ ਕੋਈ ਕੁਛ ਕਰਾ ਕੇ ਦੇਵਾਂਗੇ। ਹਾਂਜੀ ਆਪਾਂ ਗੱਲ ਕਰਾਂਗੇ, ਗੱਲ ਕਰਕੇ ਇੱਥੇ ਬੁਲਾਵਾਂਗੇ, ਇੱਥੇ ਬੁਲਾ ਕੇ ਤੁਹਾਡੇ ਨਾਲ ਗੱਲ ਚਲੋ ਜੀ ਤੁਹਾਡੇ ਆਸ਼ੀਰਵਾਦ ਨਾਲ ਜੋ ਵੀ ਆਪਾਂ ਕੰਮ ਕਰਾਉਣੇ ਆ, ਜੋ ਕਰਦੇ ਆ ਅਸੀਂ ਤਕਰੀਬਨ ਸਾਨੂੰ ਸਾਰਾ ਹੀ ਪਤਾ ਜੀ। ਸਭ ਤੋਂ ਵੱਡੀ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ, ਅੱਜ ਖੜੇ ਆ ਜੀ, ਪਾਰਟੀ ਛੱਡਿਆਂਦੀ ਆ, ਜਦੋਂ ਐਮ ਐਲ ਏ ਬਣ ਕੇ ਕੋਈ ਕੰਮ ਲੈ ਕੇ ਵੀ ਨਹੀਂ ਤੁਹਾਡੇ ਕੋਲ, 22-23 ਸਾਲ ਦੀ ਯਾਰੀ ਆ ਉਹਨੂੰ ਪਵਾਉਣੀ ਆ ਬਸ। ਬਹੁਤ ਧੰਨਵਾਦ, ਬਹੁਤ ਧੰਨਵਾਦ ਗੁਲਾਮ ਜੀ। ਮੇਰੀ ਇੱਕ ਜਿਹੜੀ ਮੇਰੀ ਦਿਲੀ ਖਵਾਇਸ਼ ਆ, ਤਕਰੀਬਨ ਸ਼ਹਿਰ ਵਾਲੇ ਸਾਰੇ ਆਏ ਆ ਜਿਸ ਕਰਕੇ ਮੈਂ ਅੱਜ ਤੁਹਾਨੂੰ ਸ਼ਹਿਰ ਵਾਲੇ ਨੂੰ ਸਾਰਿਆਂ ਨੂੰ ਦੱਸਦਾ। ਮੇਰੀ ਇੱਛਾ ਤੇਰੀ ਸਭ ਤੋਂ ਵੱਡੀ ਇੱਛਾ ਇਹ ਆ ਕਿ ਆਪਣਾ ਸ਼ਹਿਰ ਸਾਰਾ ਅੱਜ ਨਰਕ ਬਣਿਆ ਗਿਆ। ਜੇ ਕੋਈ ਬਾਹਰੋਂ ਵੀ ਤੁਸੀਂ ਆਉਂਦੇ ਹੋ, ਆਪਾਂ ਆਉਂਦੇ ਹਾਂ ਨਾ, ਜੇ ਉਹਦਾ ਨਰਕ ਚੜ ਕੇ ਤੇ ਜੇ ਉਹਦਾ ਆਪਣਾ ਸ਼ਹਿਰ ਚੜ੍ਹ ਕੇ, ਮੇਰੀ ਸਭ ਤੋਂ ਵੱਡੀ ਪਹਿਲਕਦਮੀ ਇਹ ਹੋਊਗੀ ਵੀ ਅਗਰ ਤੁਸੀਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਨੂੰ ਜਿੰਨਾ ਮਰਜ਼ੀ ਪੈਸਾ ਲੱਗਦੇ ਅਗਰ ਉਹਦੇ ਪੈਕੇਜ ਵੀ ਹਾਂ ਕਰਦੇ ਹੋ, ਫਿਰ ਜ਼ਿੰਦਗੀ ਸ਼ੁਰੂ ਹੋ ਜਾਏਗੀ। ਉਦੋਂ ਬਾਅਦ ਫਿਰ ਆਪਣੇ ਪਿੰਡਾਂ ਦੇ